ਆ ਰਹੀ ਹੈ ਪੁਰਾਣੇ ਨੋਟਾਂ ਦੀ? ਬਹੁਤ ਯਾਦ ਆ ਰਹੀ ਆ ਜੀ, ਮੇਰੇ ਖੂਨ ਪਸੀਨੇ ਦੀ ਕਮਾਈ ਆ। ਨੀਚੇ ਰੱਖੋ ਨੋਟ ਥੋੜੇ। ਕਿੱਦਾਂ ਘਰ ਵੀ ਪਏ ਆ? ਹੈ ਕਿੰਨੇ ਸਮਾਂ? ਮੈਂ ਦੱਸੋ ਤੇ ਲੱਗਦਾ ਜੀ 1500 ਰੁਪਈਆ ਇਹ ਅੱਜ ਦੇ ਟਾਈਮ ਜੇ ਤੁਹਾਡੇ ਕੋਲ 1500 ਰੁਪਈਆ ਆਉਂਦਾ ਬੜੀ ਦੂਰ ਤੇ। ਮੇਰਾ 15 ਦਿਨ ਦਾ ਰਾਸ਼ਨ ਆਇਆ ਘਰਦਾ। ਆਇਆ ਇਹਨੂੰ ਕੀ ਕਰਾਂ ਹੁਣ? 3000 ਦਾ ਨੋਟ ਅੱਜ ਕੱਲ੍ਹ ਦੇ ਮਾਰਕੀਟ 'ਚ ਚੱਲਦਾ ਹੀ ਨਹੀਂ ਪਿਆ। ਅਤੇ ਹੁਣ ਇਹ 1500000 ਰੁਪਈਆ ਕੀ ਅਕਾਊਂਟ 'ਚ ਪਾਇਆ ਮੋਦੀ ਨੇ, ਮੈਨੂੰ ਦੱਸੋ। ਅੱਛਾ ਮੇਰੀ ਗੱਲ ਸੁਣੋ, ਲੋਕਾਂ ਨੂੰ ਬੇਵਕੂਫ ਬਣਾਇਆ, 1500000 ਰੁਪਈਆ ਅਕਾਊਂਟ 'ਚ ਪਾਉਂਗਾ ਕੀ? ਚੋਣਾਂ ਚੱਲ ਰਹੀਆਂ ਨੇ, ਲੋਕ ਸਭਾ ਦੀਆਂ ਚੋਣਾਂ ਨੇ, ਨੋਟਬੰਦੀ ਵੀ ਹੋ ਗਈ, ਲੋਕ ਬੈਂਕਾਂ 'ਚ ਵੀ ਲੱਗ ਗਏ, ਮਹਾਂਮਾਰੀ ਕਰੋਨਾ ਦੀ ਵੀ ਆ ਗਈ, ਬੜੇ ਲੋਕਾਂ ਨੂੰ ਦਿੱਕਤਾਂ ਆਈਆਂ। ਪਰ ਸਭ ਤੋਂ ਜ਼ਿਆਦਾ ਦਿੱਕਤ ਕਦੋਂ ਆਈ ਸੀ? ਹਾਂ ਨੋਟਬੰਦੀ ਦੇ ਅਤੇ ਨੋਟ ਜਦੋਂ ਲੋਕਾਂ ਨੂੰ ਬੇਵਕੂਫ ਬਣਾਇਆ 1500000 ਪਾਵਾਂਗੇ, ਤਾਂ ਹੀ ਲੋਕਾਂ ਨੇ ਵੋਟਾਂ ਪਾਈਆਂ 1500000 ਆਊਗਾ, ਕਿਸੇ 5 ਰੁਪਈਏ ਨਹੀਂ ਆਏ। ਅਤੇ ਹੁਣ ਤੁਹਾਨੂੰ ਪਤਾ ਚੇਤੇ ਹੈ ਵੀ ਹੁਣ ਵੋਟ ਕਿਹਨੂੰ ਪਾਣੀ ਤੁਸੀਂ? ਅਸੀਂ ਤਾਂ ਵੋਟ ਕਦੇ ਨਹੀਂ ਪਾਣੀ ਬੀਜੇਪੀ ਨੂੰ। ਚੰਗਾ ਭਲਾ ਕਰਨ ਵਾਲਾ ਬੰਦਾ ਹੋਵੇ, ਆਮ ਆਦਮੀ ਸੋਚਿਆ ਹੋਵੇ, ਗਰੀਬ ਬੰਦੇ ਬਾਰੇ ਸੋਚੇ। ਇਹ ਵੱਡੇ ਬੰਦਿਆਂ ਦੀ ਹੈਗੀ ਪਾਰਟੀ, ਅਡਵਾਨੀ ਅਬਾਨੀ ਕੀ ਹੈ ਸਭ ਜੇ, ਉਹਨਾਂ ਦੀ ਪਾਰਟੀ ਹੈ। ਹੁਣ ਕਾਂਗਰਸ ਤੋਂ ਜਿਹੜੇ ਬਿੱਟੂ ਜੀ ਸੀ ਉਹ ਬੀਜੇਪੀ 'ਚ ਖੜੇ ਨੇ ਹੁਣ। ਜਗ੍ਹਾ ਜਗ੍ਹਾ ਦੀ ਗੰਦੀ ਹੋ ਰਹੀ ਹੈ, ਅੰਤਰਾਸਾਂ ਦੀ ਜਗ੍ਹਾ ਜਗ੍ਹਾ ਬੇਇੱਜ਼ਤੀ ਹੋ ਰਹੀ ਹੈ, ਕੋਈ ਪਸੰਦ ਹੀ ਨਹੀਂ ਕਰਦੇ ਨਾ ਲੋਕਾਂ ਨੂੰ। ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਨੇ? ਉਹਨੇ ਲੋਕਾਂ ਦਾ ਭਲਾ ਕਰੂੰਗਾ, ਮੈਂ ਤੁਹਾਨੂੰ ਵੋਟ ਪਾਊਂਗਾ। ਠੀਕ ਹੈ, ਧੰਨਵਾਦ।